ਪਟਿਆਲਾ ਸ਼ਾਹੀ ਪੱਗ, ਪਟਿਆਲਾ ਸਲਵਾਰ, ਜੁੱਤੀ, ਪਰਾਂਦਾ ਅਤੇ ਫੁਲਕਾਰੀ ਲਈ ਮਸ਼ਹੂਰ ਦੱਖਣੀ ਪੂਰਬੀ ਪੰਜਾਬ ਦਾ ਹਿੱਸਾ ਪਟਿਆਲਾ ਆਪਣੇ ਦਿਲਚਸਪ ਇਤਿਹਾਸ ਲਈ ਜਾਣਿਆ ਜਾਂਦਾ ਹੈ। ਮਹਾਰਾਜਿਆਂ ਦੀ ਇਹ ਧਰਤੀ ਅਤੇ ਇੱਥੇ ਬਣੇ ਹੋਏ ਕਿਲੇ ਹਰ ਇਨਸਾਨ ਦੇ ਦਿਲ ਵਿੱਚ ਉਹਨਾਂ ਦਾ ਇਤਿਹਾਸ ਫਰੋਲਣ ਦੀ ਖਿੱਚ ਪੈਦਾ ਕਰਦੇ ਹਨ। ਆਓ ਅੱਜ ਅਸੀਂ ਜਾਣਦੇ ਹਾਂ ਕਿ ਪਟਿਆਲਾ ਕਿਵੇਂ ਬਣਿਆ ਅਤੇ ਇਸ ਦੇ ਸ਼ਾਹੀ ਰਾਜ ਦੇ ਸ਼ਾਸਕ ਕੌਣ ਕੌਣ ਰਹੇ। ਨਿਊਜ਼ ਨੰਬਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਕੁਰਦੀਪ ਕੌਰ ਸਵਾਗਤ ਕਰਦੀ ਹਾਂ। ਪਟਿਆਲੇ ਦੇ ਮਹਾਰਾਜਿਆਂ ਦਾ ਪਿਛੋਕੜ ਜੈਸਲਮੇਰ ਦੇ ਰਾਵਲ ਜੈਸਲ ਨਾਲ ਜੁੜਿਆ ਹੋਇਆ ਹੈ। ਉਹਨਾਂ ਦੇ ਵੰਸ਼ ਵਿੱਚੋਂ ਹੀ ਅੱਗੇ ਚੱਲ ਕੇ ਬਾਬਾ ਫੂਲ ਸਿੰਘ ਬਠਿੰਡਾ ਦੇ ਮਹਿਰਾਜ ਪਿੰਡ ਆ ਗਏ, ਜੋ ਉਹਨਾਂ ਦੇ ਦਾਦੇ ਮੋਹਨ ਸਿੰਘ ਨੇ ਆਪਣੇ ਦਾਦੇ ਮਹਿਰਾਜ ਸਿੰਘ ਦੇ ਨਾਂ 'ਤੇ ਬਣਾਇਆ ਸੀ। ਫੂਲਕੀਆਂ ਮਿਸਲ ਦੇ ਬਾਣੀ ਫੂਲ ਸਿੰਘ ਦੇ 7 ਬੱਚਿਆਂ ਵਿੱਚੋਂ ਛੋਟਾ ਰਾਮ ਸਿੰਘ ਨੂੰ ਖੁਦ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ। ਛੋਟਾ ਰਾਮ ਸਿੰਘ ਜੀ ਦੇ ਪੁੱਤਰ ਬਾਬਾ ਆਲਾ ਸਿੰਘ, ਜੋ ਕਿ ਪਟਿਆਲਾ ਰਿਆਸਤ ਦੇ ਬਾਨੀ ਹਨ, ਉਹਨਾਂ ਦਾ ਜਨਮ 1695 ਵਿੱਚ ਬਠਿੰਡਾ ਦੇ ਫੁੱਲ ਪਿੰਡ ਵਿੱਚ ਹੋਇਆ। ਬਾਬਾ ਆਲਾ ਸਿੰਘ ਦੀ ਜਿੱਤ ਦਾ ਸਫ਼ਰ 1716 ਵਿੱਚ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਸ਼ੁਰੂ ਹੁੰਦਾ ਹੈ। ਫਿਰ 1722 ਵਿੱਚ 30 ਪਿੰਡਾਂ ਨੂੰ ਜਿੱਤਦੇ ਹੋਏ ਉਹਨਾਂ ਨੇ ਬਰਨਾਲੇ ਵਿਖੇ ਆਪਣਾ ਟਿਕਾਣਾ ਬਣਾਇਆ ਅਤੇ 1731 ਵਿੱਚ ਦਲ ਖਾਲਸਾ ਦੀ ਮਦਦ ਦੇ ਨਾਲ ਪੱਟੀ ਮਿਸਲ ਦੇ ਪਿੰਡਾਂ ਨੂੰ ਤੋੜਦੇ ਹੋਏ ਆਪਣੇ ਨਾਲ ਮਿਲਾ ਲਿਆ। ਪਰ ਬਾਬਾ ਆਲਾ ਸਿੰਘ, ਜਿਸ ਨੂੰ ਸਿੱਖਾਂ ਨੇ ਇੱਕ ਕਿਸਾਨ ਤੋਂ ਇੱਕ ਸਰਦਾਰ ਦਾ ਰੁਤਬਾ ਦਿੱਤਾ, ਉਹ ਸਿੱਖਾਂ ਦਾ ਹੀ ਨਾਂ ਰਿਹਾ ਅਤੇ ਸਮੇਂ ਤੇ ਅਹਿਮਦ ਸ਼ਾਹ ਅਬਦਾਲੀ ਦਾ ਸਿੱਖਾਂ ਦੇ ਖਿਲਾਫ ਹੀ ਜੰਗਾਂ ਵਿੱਚ ਸਾਥ ਦਿੰਦਾ ਰਿਹਾ। ਦਰਅਸਲ 1745 ਤੋਂ 1748 ਤੱਕ ਸਰਹੰਦ ਦੇ ਗਵਰਨਰ ਅਲੀ ਮੁਹੰਮਦ ਖਾਨ ਰੋਹੀਲਾ ਦੀ ਗ੍ਰਿਫਤ ਵਿੱਚ ਰਹਿੰਦੇ ਬਾਬਾ ਆਲਾ ਸਿੰਘ ਦੀ ਰਿਹਾਈ ਉਦੋਂ ਹੁੰਦੀ ਹੈ ਜਦ ਅਫਗਾਨ ਦੇ ਅਹਿਮਦ ਸ਼ਾਹ ਦੁਰਾਨੀ ਨੇ ਸਰਹੰਦ 'ਤੇ ਹਮਲਾ ਕੀਤਾ। ਪਰ ਉਸ ਲੜਾਈ ਵਿੱਚ ਬਾਬਾ ਆਲਾ ਸਿੰਘ ਨੇ ਮੁਗਲਾਂ ਦਾ ਸਾਥ ਦਿੱਤਾ। ਕੁਝ ਸਮਾਂ ਬਾਅਦ 1752 ਵਿੱਚ ਬਾਬਾ ਆਲਾ ਸਿੰਘ ਨੇ 84 ਪਿੰਡਾਂ ਦਾ ਜ਼ਿਲ੍ਹਾ, ਜਿਸ ਨੂੰ ਅੱਜ ਸਨੌਰ ਦੇ ਨਾਂ 'ਤੇ ਜਾਣਿਆ ਜਾਂਦਾ ਹੈ, ਉਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ 1 ਸਾਲ ਬਾਅਦ 1753 ਵਿੱਚ ਉਹਨਾਂ ਨੇ ਉਹੀ 84 ਪਿੰਡਾਂ ਵਿੱਚੋਂ ਇੱਕ ਪਿੰਡ ਵਿੱਚ ਇੱਕ ਕੱਚੀ ਗੜੀ ਬਣਾਈ। 1760 ਤੱਕ ਉਹਨਾਂ ਨੇ 726 ਪਿੰਡਾਂ ਨੂੰ ਜਿੱਤ ਲਿਆ ਸੀ। 1761 ਵਿੱਚ ਹੋਈ ਪਾਨੀਪਤ ਦੀ ਲੜਾਈ ਵਿੱਚ ਬਾਬਾ ਆਲਾ ਸਿੰਘ ਨੇ ਅਬਦਾਲੀ ਦੇ ਖਿਲਾਫ ਮਰਾਠਿਆਂ ਦੀ ਮਦਦ ਕੀਤੀ, ਜਦਕਿ 1762 ਦੇ ਵੱਡੇ ਘੱਲੂਘਾਰਾ ਦੇ ਸਮੇਂ ਉਹ ਨਿਰਪੱਖ ਰਹੇ। ਜਿੱਥੇ ਉਹਨਾਂ ਦੀ ਚੁੱਪ ਨੇ ਫੁਲਕੀਆਂ ਮਿਸਲ ਨੂੰ ਦਲ ਖਾਲਸਾ ਤੋਂ ਬਾਹਰ ਕੱਢ ਦਿੱਤਾ, ਉੱਥੇ ਹੀ ਬਰਨਾਲੇ ਵਿਖੇ ਹੋਈ ਤਬਾਹੀ ਕਾਰਨ ਉਹਨਾਂ ਨੂੰ ਅਹਿਮਦ ਸ਼ਾਹ ਦੁਰਾਨੀ ਅੱਗੇ ਪੇਸ਼ ਹੋਣਾ ਪਿਆ। ਬਾਬਾ ਆਲਾ ਸਿੰਘ ਨੇ ਕੇਸ ਕਤਲ ਤੋਂ ਇਨਕਾਰ ਕਰਦੇ ਹੋਏ 1,00,000 ਰੁਪਏ ਦੀ ਰਕਮ ਅਦਾ ਕੀਤੀ। ਅਹਿਮਦ ਸ਼ਾਹ ਦੁਰਾਨੀ ਨੇ ਇਹ ਰਕਮ ਕਬੂਲ ਤਾਂ ਕਰ ਲਈ, ਪਰ ਫਿਰ ਵੀ ਉਹਨਾਂ ਦੀ ਰਿਹਾਈ ਲਾਹੌਰ ਵਿਖੇ ਜਾ ਕੇ ਕਰਨ ਦਾ ਫੈਸਲਾ ਕੀਤਾ, ਜਿੱਥੇ ਬਾਬਾ ਆਲਾ ਸਿੰਘ ਨੂੰ ਉਹਨਾਂ ਨੂੰ 5,00,000 ਰੁਪਏ ਹੋਰ ਦੇਣੇ ਪਏ। 1764 ਵਿੱਚ ਅਹਿਮਦ ਸ਼ਾਹ ਦੁਰਾਨੀ ਦੁਆਰਾ ਬਾਬਾ ਆਲਾ ਸਿੰਘ ਨੂੰ ਪਟਿਆਲੇ ਦੇ ਮਹਾਰਾਜਾ ਦੀ ਪਦਵੀ ਨਾਲ ਨਿਵਾਜਿਆ ਗਿਆ। 1753 ਵਿੱਚ ਬਣੀ ਕੱਚੀ ਗੜੀ ਨੂੰ ਬਾਬਾ ਆਲਾ ਸਿੰਘ ਨੇ 1763 ਵਿੱਚ ਪੱਕੀਆਂ ਇੱਟਾਂ ਲਗਵਾ ਕੇ ਕਿਲ੍ਹਾ ਮੁਬਾਰਕ ਦਾ ਨਾਂ ਦਿੱਤਾ, ਜਿਸ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਦਾ ਨਿਰਮਾਣ ਹੋਇਆ। ਬਾਬਾ ਆਲਾ ਸਿੰਘ ਦੇ ਨਾਂ ਤੋਂ ਬਣਿਆ ਪੱਟ ਆਲਾ ਸਮੇਂ ਦੇ ਚੱਲਦਿਆਂ ਪਟਿਆਲਾ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ। 1765 ਵਿੱਚ ਬਾਬਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਰਾਣੀ ਦੀ ਇੱਛਾ ਦੇ ਮੁਤਾਬਿਕ ਉਹਨਾਂ ਦੇ 18 ਵਰਿਆਂ ਦੇ ਪੋਤਰੇ ਅਮਰ ਸਿੰਘ ਨੂੰ ਗੱਦੀ 'ਤੇ ਬਿਠਾਇਆ ਗਿਆ। ਸੰਨ 1766 ਵਿੱਚ ਮਹਾਰਾਜਾ ਅਮਰ ਸਿੰਘ ਨੇ ਲੁਧਿਆਣੇ ਦੇ ਨੇੜੇ ਪਾਇਲ ਪਿੰਡ 'ਤੇ ਜਿੱਤ ਪ੍ਰਾਪਤ ਕੀਤੀ। ਸੰਨ 1767 ਵਿੱਚ ਜਦ ਅਹਿਮਦ ਸ਼ਾਹ ਦੁਰਾਨੀ ਨੇ ਪੰਜਾਬ 'ਤੇ ਆਖਰੀ ਵਾਰ ਹਮਲਾ ਕੀਤਾ ਤਾਂ ਉਹ ਲੁਧਿਆਣੇ ਤੋਂ ਅੱਗੇ ਵਧਣ ਵਿੱਚ ਅਸਫਲ ਰਹਿੰਦੇ ਹੋਇਆਂ ਵੀ ਅਮਰ ਸਿੰਘ ਨੂੰ ਬੜੇ ਹੀ ਪਿਆਰ ਨਾਲ ਮਿਲੇ, ਜਿੱਥੇ ਉਹਨਾਂ ਨੇ ਕੀਮਤੀ ਪੇਸ਼ਕਸ਼ਾਂ ਦੇ ਨਾਲ ਰਾਜਾਏ ਰਾਜਨ ਬਹਾਦੁਰ ਦੀ ਪਦਵੀ ਨਾਲ ਉਹਨਾਂ ਨੂੰ ਨਿਵਾਜਿਆ। ਕਿਹਾ ਜਾਂਦਾ ਹੈ ਕਿ ਮਹਾਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਦੁਰਾਨੀ ਨੂੰ 1,00,000 ਰੁਪਏ ਦੀ ਰਕਮ ਦੇ ਬਦਲੇ ਸਹਾਰਨਪੁਰ ਅਤੇ ਮਥੁਰਾ ਦੇ 20,000 ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ। ਸੰਨ 1767 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਸਰਹੰਦ ਦਾ ਰਾਜਭਾਗ ਮਹਾਰਾਜਾ ਅਮਰ ਸਿੰਘ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਮਹਾਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਦੁਰਾਨੀ ਦੇ ਨਾਂ 'ਤੇ ਸਿੱਕੇ ਵੀ ਜਾਰੀ ਕੀਤੇ। ਸਿਆਸੀ ਗੱਠਜੋੜ ਦੁਆਰਾ ਮਹਾਰਾਜਾ ਅਮਰ ਸਿੰਘ ਨੇ ਮਨੀਮਾਜਰਾ, ਪਿੰਜੌਰ, ਫਾਤਿਆਬਾਦ, ਗੋਬਿੰਦਗੜ੍ਹ, ਸਾਫੀਆਬਾਦ ਅਤੇ ਸਿਰਸਾ ਆਦਿ 'ਤੇ ਕਬਜ਼ਾ ਕਰਦੇ ਹੋਏ ਪਟਿਆਲੇ ਨੂੰ ਯਮੁਨਾ ਅਤੇ ਸਤਲੁਜ ਦੇ ਵਿਚਕਾਰ ਇੱਕ ਤਾਕਤਵਰ ਰਾਜ ਬਣਾਇਆ। ਸੰਨ 1781 ਵਿੱਚ ਮਹਾਰਾਜਾ ਅਮਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ 7 ਵਰਿਆਂ ਦੇ ਪੁੱਤਰ ਸਾਹਿਬ ਸਿੰਘ ਨੂੰ ਗੱਦੀ 'ਤੇ ਤਾਂ ਬਿਠਾਇਆ ਗਿਆ, ਪਰ ਫਿਰ ਵੀ ਛੋਟੀ ਉਮਰ ਹੋਣ ਦੇ ਕਾਰਨ ਦਰਬਾਰੀਆਂ ਵੱਲੋਂ ਹੀ ਰਾਜਭਾਗ ਦੇ ਫੈਸਲੇ ਕੀਤੇ ਗਏ। ਉਹਨਾਂ ਦੇ ਰਾਜਭਾਗ ਦਾ ਮੁਖੀ ਸੁਨਾਮ ਦਾ ਰਹਿਣ ਵਾਲਾ ਇੱਕ ਅਗਰਵਾਲ ਬਾਨੀਆ ਸੀ, ਜਿਸ ਦਾ ਨਾਮ ਨਾਨੂਮਲ ਸੀ। 18 ਸਾਲਾਂ ਦਾ ਹੋਣ ਤੋਂ ਬਾਅਦ ਜਦ ਮਹਾਰਾਜਾ ਸਾਹਿਬ ਸਿੰਘ ਨੇ ਰਾਜਭਾਗ ਦੀ ਕਮਾਂਡ ਸੰਭਾਲੀ ਤਾਂ ਉਹਨਾਂ ਦੀ ਵੱਡੀ ਭੈਣ ਸਾਹਿਬ ਕੌਰ ਨੇ
ਉਹਨਾਂ ਦੀ ਅਗਵਾਈ ਕੀਤੀ। ਬੀਬੀ ਸਾਹਿਬ ਕੌਰ ਨੇ ਸੰਨ 1794 ਵਿੱਚ ਪਟਿਆਲੇ ਦੇ ਰਾਜ ਨੂੰ ਮਰਾਠਿਆਂ ਦੇ ਹਮਲੇ ਤੋਂ ਬਚਾਇਆ ਸੀ। ਪਿਛਲੇ 40 ਸਾਲਾਂ ਵਿੱਚ ਸਿੱਖਾਂ, ਮਰਾਠਿਆਂ ਅਤੇ ਦੁਰਾਨੀਆਂ ਦੇ ਹਮਲੇ ਤੋਂ ਬਚਦੇ ਹੋਏ ਪਟਿਆਲੇ ਦੇ ਮਹਾਰਾਜਿਆਂ ਨੇ ਆਪਣੇ ਰਾਜ ਭਾਗ ਨੂੰ ਕਾਇਮ ਰੱਖਿਆ। 1808 ਵਿੱਚ ਪਟਿਆਲੇ ਦੇ ਮਹਾਰਾਜੇ ਨੇ ਲਾਹੌਰ ਦੇ ਮਹਾਰਾਜੇ ਰਣਜੀਤ ਸਿੰਘ ਦੇ ਵਿਰੁੱਧ ਅੰਗਰੇਜ਼ਾਂ ਨਾਲ ਇੱਕ ਸੰਧੀ ਕੀਤੀ। ਇਸ ਸੰਧੀ ਦੇ ਤਹਿਤ ਮਹਾਰਾਜਾ ਸਾਹਿਬ ਸਿੰਘ ਨੇ ਭਾਰਤੀ ਉਪ ਮਹਾਂਦੀਪ ਦੀ ਉਸਾਰੀ ਲਈ ਅੰਗਰੇਜ਼ਾਂ ਨੂੰ ਆਪਣਾ ਯੋਗਦਾਨ ਦੇਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ 17 ਤੋਪਾਂ ਦੀ ਸਲਾਮੀ ਦਿੰਦੇ ਹੋਏ ਪਟਿਆਲਾ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਆ ਗਿਆ। ਸੰਨ 1813 ਵਿੱਚ ਮਹਾਰਾਜਾ ਸਾਹਿਬ ਸਿੰਘ ਪਟਿਆਲੇ ਵਿੱਚ ਹੀ ਅਕਾਲ ਚਲਾਣਾ ਕਰ ਗਏ। ਗੱਦੀ 'ਤੇ ਬੈਠਣ ਵਾਲੇ ਅਗਲੇ ਮਹਾਰਾਜਾ ਦਾ ਜਨਮ 1798 ਵਿੱਚ ਹੋਇਆ। ਇਹ ਸਨ ਮਹਾਰਾਜਾ ਕਰਮ ਸਿੰਘ, ਜਿਨ੍ਹਾਂ ਨੇ ਰਾਜ ਭਾਗ ਨੂੰ ਸੰਭਾਲਦੇ ਹੋਏ 1814 ਵਿੱਚ ਹੋਈ ਗੋਰਖਾ ਵਾਰ ਵਿੱਚ ਅੰਗਰੇਜ਼ਾਂ ਦੀ ਗੋਰਖਿਆਂ ਦੇ ਖਿਲਾਫ਼ ਮਦਦ ਕੀਤੀ। ਇਸ ਮਦਦ ਦੇ ਬਦਲੇ ਅੰਗਰੇਜ਼ਾਂ ਨੇ ਪਟਿਆਲੇ ਨੂੰ ਸ਼ਿਮਲਾ ਦੇ 16 ਪਰਗਨਾ ਦਿੱਤੇ, ਜਿਸ ਕਰਕੇ ਪਟਿਆਲੇ ਰਾਜ ਨੂੰ 2,80,000 ਦਾ ਨਜ਼ਰਾਨਾ ਪੇਸ਼ ਕਰਨਾ ਪਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਮਹਾਰਾਜਾ ਕਰਮ ਸਿੰਘ ਨੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਬਣਵਾਏ, ਉੱਥੇ ਹੀ ਉਹਨਾਂ ਨੇ ਜਥੇਦਾਰ ਅਕਾਲੀ ਬਾਬਾ ਹਨੂੰਮਾਨ ਸਿੰਘ ਦੀ ਫੌਜ, ਜੋ ਕਿ ਪੰਜਾਬ ਵਿੱਚ ਸਿੱਖ ਰਾਜ ਕਾਇਮ ਕਰਨਾ ਚਾਹੁੰਦੀ ਸੀ, ਉਹਨਾਂ ਨੂੰ ਮਰਵਾ ਦਿੱਤਾ। ਮਹਾਰਾਜਾ ਕਰਮ ਸਿੰਘ ਦੀ ਮੌਤ 1845 ਵਿੱਚ ਹੋਈ, ਜਦ ਪਹਿਲੀ ਐਂਗਲੋ ਸਿੱਖ ਵਾਰ ਸ਼ੁਰੂ ਹੋਈ। ਹੁਣ ਮਹਾਰਾਜਾ ਪਟਿਆਲੇ ਦੀ ਗੱਦੀ ਉੱਤੇ 1824 ਵਿੱਚ ਜਨਮੇ ਨਰਿੰਦਰ ਸਿੰਘ ਬਿਰਾਜੇ। ਪਹਿਲੀ ਐਂਗਲੋ ਸਿੱਖ ਵਾਰ ਦੇ ਦੌਰਾਨ ਮਹਾਰਾਜਾ ਨਰਿੰਦਰ ਸਿੰਘ ਨੇ ਅੰਗਰੇਜ਼ਾਂ ਨੂੰ ਕੈਰੇਜ ਅਤੇ ਹੋਰਨਾਂ ਵਸਤੂਆਂ ਭਿਜਵਾ ਕੇ ਬਹੁਤ ਸਹਾਇਤਾ ਕੀਤੀ। ਇਸ ਸਹਾਇਤਾ ਦੇ ਬਦਲੇ ਯੁੱਧ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਨੂੰ ਬਹੁਤ ਸਾਰੀਆਂ ਉਪਾਧੀਆਂ ਦੇ ਨਾਲ ਅੰਗਰੇਜ਼ਾਂ ਨੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਨੇ ਮੋਤੀਬਾਗ ਪੈਲੇਸ ਬਣਵਾਇਆ ਅਤੇ ਨਾਲ ਹੀ ਪਟਿਆਲੇ ਅਤੇ ਆਲੇ ਦੁਆਲੇ ਫਾਟਕਾਂ ਅਤੇ 10 ਦਰਵਾਜ਼ਿਆਂ ਨੂੰ ਬਣਵਾ ਕੇ ਪਟਿਆਲੇ ਨੂੰ ਹੋਰ ਵੀ ਮਜ਼ਬੂਤ ਕੀਤਾ। ਇਹਨਾਂ ਗੇਟਾਂ ਵਿੱਚੋਂ ਦਰਸ਼ਨੀ ਗੇਟ, ਸਮਾਨੀਆ ਗੇਟ, ਸਨੌਰੀ ਗੇਟ ਅਤੇ ਸ਼ੇਰਾਂਵਾਲਾ ਗੇਟ ਅੱਜ ਵੀ ਪਟਿਆਲੇ ਦੀ ਸ਼ਾਨ ਨੂੰ ਵਧਾ ਰਹੇ ਨੇ। 1861 ਵਿੱਚ ਇਹਨਾਂ ਨੂੰ ਭਾਰਤ ਦੇ ਆਰਡਰ ਆਫ ਦ ਸਟਾਰ ਦੇ ਨਾਲ ਨਿਵਾਜਿਆ ਗਿਆ। 1862 ਵਿੱਚ ਮਹਾਰਾਜਾ ਨਰਿੰਦਰ ਸਿੰਘ ਨੂੰ ਵਾਇਸਰਾਇਸ ਲੈਜਿਸਲੇਟਿਵ ਕਾਉਂਸਲ ਦਾ ਮੈਂਬਰ ਬਣਾਇਆ ਗਿਆ, ਪਰ ਇਹ ਜ਼ਿਆਦਾ ਦੇਰ ਤੱਕ ਇਸ ਦੇ ਮੈਂਬਰ ਨਾ ਰਹਿ ਸਕੇ ਅਤੇ 1862 ਵਿੱਚ ਹੀ ਅਕਾਲ ਚਲਾਣਾ ਕਰ ਗਏ। 10 ਸਾਲ ਦੀ ਉਮਰ ਵਿੱਚ ਪਟਿਆਲੇ ਦੇ ਮਹਾਰਾਜੇ ਦੀ ਗੱਦੀ 'ਤੇ ਬੈਠੇ ਮੋਹਿੰਦਰ ਸਿੰਘ ਦਾ ਜਨਮ 1852 ਵਿੱਚ ਹੋਇਆ। ਉਹਨਾਂ ਨੇ ਆਪਣੇ ਰਾਜ ਦੇ ਦੌਰਾਨ ਸਰਹੰਦ ਕੈਨਾਲ ਬਣਵਾਇਆ ਅਤੇ ਨਾਲ ਹੀ 70,000 ਦੀ ਰਕਮ ਦੇ ਤੌਰ 'ਤੇ ਯੂਨੀਵਰਸਿਟੀ ਕਾਲਜ ਆਫ ਲਾਹੌਰ ਦੀ ਸਹਾਇਤਾ ਵੀ ਕੀਤੀ। 1870 ਦੇ ਬਰਥਡੇ ਓਨਰਸ ਦੇ ਤਹਿਤ ਉਹਨਾਂ ਨੂੰ ਭਾਰਤ ਦੇ ਆਰਡਰ ਆਫ ਦ ਸਟਾਰ ਦਾ ਨਾਈਟ ਗ੍ਰੈਂਡ ਕਮਾਂਡਰ ਨਿਯੁਕਤ ਕੀਤਾ ਗਿਆ। ਬਰਥਡੇ ਓਨਰਸ ਦਾ ਮਤਲਬ ਇਹ ਹੈ ਕਿ ਆਪਣੇ ਜਨਮ ਦਿਨ ਨੂੰ ਮਨਾਉਂਦੇ ਹੋਏ ਕੁਈਨ ਵਿਕਟੋਰੀਆ ਅਜਿਹੇ ਕੁਛ ਲੋਕਾਂ ਨੂੰ ਕਿਸੇ ਨਾ ਕਿਸੇ ਪਦਵੀ ਨਾਲ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿੱਚ ਕੋਈ ਨਾ ਕੋਈ ਵਧੀਆ ਕੰਮ ਕੀਤਾ ਹੋਵੇਗਾ। ਪੜ੍ਹਾਈ ਦੇ ਖੇਤਰ ਨੂੰ ਮੁੱਖ ਰੱਖਦੇ ਹੋਏ ਮਹਾਰਾਜਾ ਮੋਹਿੰਦਰ ਸਿੰਘ ਨੇ 1875 ਵਿੱਚ ਮੋਹਿੰਦਰਾ ਕਾਲਜ ਬਣਵਾਇਆ। 1876 ਵਿੱਚ ਹੋਈ ਮੌਤ ਤੋਂ ਬਾਅਦ ਇਹਨਾਂ ਦੇ 4 ਵਰਿਆਂ ਦੇ ਪੁੱਤਰ ਰਜਿੰਦਰ ਸਿੰਘ ਨੂੰ ਗੱਦੀ 'ਤੇ ਬਿਠਾਇਆ ਗਿਆ। ਰਜਿੰਦਰ ਸਿੰਘ ਉਹਨਾਂ ਪਹਿਲਾਂ ਭਾਰਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਫਰਾਂਸ ਦੀ ਡੀ ਡਿਓਨ ਬੁਟਨ ਗੱਡੀ ਖਰੀਦੀ ਅਤੇ 1892 ਵਿੱਚ ਪਹਿਲਾ ਹਵਾਈ ਜਹਾਜ਼ ਖਰੀਦਿਆ। ਕੁਝ ਹਵਾਲਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੀਆਂ 365 ਰਾਣੀਆਂ ਸਨ। ਇਹਨਾਂ ਦੇ ਰਾਜ ਵਿੱਚ ਹੀ ਰਾਜਪੁਰੇ ਤੋਂ ਲੈ ਕੇ ਬਠਿੰਡਾ ਤੱਕ ਇੱਕ ਵਿਸ਼ਾਲ ਰੇਲਵੇ ਲਾਈਨ ਵਿਛਾਈ ਗਈ। ਕਿਹਾ ਜਾਂਦਾ ਹੈ ਕਿ 1879 ਵਿੱਚ ਹੋਈ ਅਫਗਾਨ ਵਾਰ ਦੇ ਦੌਰਾਨ ਅੰਗਰੇਜ਼ਾਂ ਦੀ ਮਦਦ ਵਾਸਤੇ ਪਟਿਆਲੇ ਵੱਲੋਂ ਇੱਕ ਵੱਡੀ ਫੌਜ ਵੀ ਭੇਜੀ ਗਈ। 1897 ਵਿੱਚ ਇਹਨਾਂ ਦੀ ਬਹਾਦਰੀ ਕਾਰਨ ਅੰਗਰੇਜ਼ਾਂ ਦੀ ਸਰਕਾਰ ਨੇ ਇਹਨਾਂ ਨੂੰ ਗ੍ਰੈਂਡ ਕ੍ਰੋਸ ਆਫ ਦੀ ਆਰਡਰ ਆਫ ਸਟਾਰ ਆਫ ਇੰਡੀਆ ਨਾਲ ਸਨਮਾਨਿਤ ਕੀਤਾ। ਆਪਣੇ ਜੀਵਨ ਦੇ ਦੌਰਾਨ ਇਹਨਾਂ ਨੇ ਖੇਡਾਂ, ਖਾਸ ਕਰਕੇ ਪੋਲੋ ਅਤੇ ਕ੍ਰਿਕਟ ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ ਸੰਨ 1900 ਵਿੱਚ ਇਹਨਾਂ ਦੀ ਮੌਤ ਹੋ ਗਈ। 1891 ਵਿੱਚ ਮੋਤੀਬਾਗ ਪੈਲੇਸ ਵਿੱਚ ਰਜਿੰਦਰ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਦਾ ਜਨਮ ਹੋਇਆ। 18 ਵਰਿਆਂ ਦੇ ਹੋਣ 'ਤੇ, ਯਾਨੀ ਸੰਨ 1909 ਵਿੱਚ, ਉਹਨਾਂ ਨੇ ਆਪਣੇ ਰਾਜ ਭਾਗ ਨੂੰ ਸੰਭਾਲਦੇ ਹੋਏ ਇੱਕ ਸਾਲ ਬਾਅਦ ਹੀ ਇੰਗਲੈਂਡ ਤੋਂ ਇੱਕ ਹਵਾਈ ਜਹਾਜ਼ ਮੰਗਵਾਇਆ ਅਤੇ ਪਟਿਆਲੇ ਵਿਖੇ ਹਵਾਈ ਪਟੜੀ ਦੀ ਉਸਾਰੀ ਵੀ ਕੀਤੀ। ਕਿਹਾ ਜਾਂਦਾ ਹੈ ਕਿ ਇਹ ਹਵਾਈ ਜਹਾਜ਼ ਰਾਈਟ ਬ੍ਰਦਰਸ ਦੁਆਰਾ ਬਣਾਇਆ ਗਿਆ ਸੀ। ਉਹਨਾਂ ਨੇ ਫਰਾਂਸ, ਬੈਲਜੀਅਮ, ਇਟਲੀ ਅਤੇ ਪੈਲਸਟੀਨ ਵਿੱਚ ਜਨਰਲ ਸਟਾਫ ਵਿੱਚ ਆਨਰੇਰੀ ਲੈਫਟੀਨੈਂਟ ਕਰਨਲ ਦੇ ਤੌਰ 'ਤੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਵੀ ਲਿਆ। 1918 ਵਿੱਚ ਉਹ ਆਨਰੇਰੀ ਮੇਜਰ ਜਨਰਲ ਬਣੇ ਅਤੇ 1931 ਵਿੱਚ ਆਨਰੇਰੀ ਲੈਫਟੀਨੈਂਟ ਕਰਨਲ ਬਣੇ। ਸੰਨ 1925 ਵਿੱਚ ਇਹਨਾਂ ਨੇ ਭਾਰਤ ਨੂੰ ਲੀਗ ਆਫ ਨੇਸ਼ਨਸ ਵਿੱਚ ਵੀ ਰੀਪ੍ਰਜੈਂਟ ਕੀਤਾ। ਇਹਨਾਂ ਨੇ ਪਟਿਆਲਾ ਵਿਖੇ ਕਾਲੀ ਮਾਤਾ ਦਾ ਮੰਦਿਰ ਅਤੇ ਕੰਡਾ ਘਾਟ ਵਿਖੇ
ਚੈਲ ਵਿਊ ਪੈਲਸ ਵੀ ਬਣਵਾਇਆ। ਇਹਨਾਂ ਨੇ ਪਟਿਆਲਾ ਵਿੱਚ ਪਟਿਆਲਾ ਸਟੇਟ ਮੋਨੋਰੇਲ ਟ੍ਰੇਨਵੇਜ਼ ਵੀ ਬਣਵਾਏ, ਜਿੱਥੇ ਇਹ 20 ਰੋਲਸ ਰੋਇਸ ਗੱਡੀਆਂ ਦੇ ਨਾਲ ਸਵਾਰੀ ਕਰਦੇ ਸਨ। ਉੱਥੇ ਹੀ ਇਹ ਇੱਕ ਬਿਹਤਰੀਨ ਖਿਡਾਰੀ ਵੀ ਸਨ ਅਤੇ ਕ੍ਰਿਕਟ ਵਿੱਚ ਇਹਨਾਂ ਦੀ ਬਹੁਤ ਦਿਲਚਸਪੀ ਸੀ। 1911 ਵਿੱਚ ਇੰਗਲੈਂਡ ਜਾਣ ਵਾਲੀ ਇੰਡੀਅਨ ਕ੍ਰਿਕਟ ਟੀਮ ਦੇ ਇਹ ਕਪਤਾਨ ਸਨ। 1935 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਟਾਈਮ ਦੇ ਮਸ਼ਹੂਰ ਇੰਡੀਅਨ ਇੰਟਰਨੈਸ਼ਨਲ ਕ੍ਰਿਕਟਰ ਰਣਜੀਤ ਸਿੰਘ ਜੀ ਵਿਭਾਜੀ ਜਡੇਜਾ ਦੇ ਨਾਂ 'ਤੇ ਰਣਜੀ ਟਰਾਫੀ ਦਾ ਇਨੋਗਰੇਸ਼ਨ ਵੀ ਕੀਤਾ। 1917 ਵਿੱਚ ਇਹਨਾਂ ਨੇ ਸਟੇਟ ਬੈਂਕ ਆਫ ਪਟਿਆਲਾ ਵੀ ਬਣਵਾਇਆ। 1926 ਤੋਂ 1931 ਤੱਕ ਉਹ ਚੈਂਬਰ ਆਫ ਪ੍ਰਿੰਸਿਸ ਦੇ ਚਾਂਸਲਰ ਵੀ ਰਹੇ। ਮਸ਼ਹੂਰ ਬ੍ਰਾਂਡ ਕਾਟੀਅਰ ਐਸਏ ਦੁਆਰਾ ਤਿਆਰ ਕੀਤੇ ਗਏ ਪਟਿਆਲਾ ਹਾਰ ਦੇ ਮਾਲਕ ਭੁਪਿੰਦਰ ਸਿੰਘ ਦੀ ਮੌਤ 23 ਮਾਰਚ 1938 ਨੂੰ ਹੋ ਗਈ। ਪਟਿਆਲੇ ਦੇ ਆਖਰੀ ਮਹਾਰਾਜਾ ਸਨ ਯਾਦਵਿੰਦਰ ਸਿੰਘ, ਜਿਨ੍ਹਾਂ ਦਾ ਜਨਮ 7 ਜਨਵਰੀ 1914 ਨੂੰ ਹੋਇਆ। ਸੰਨ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹ 5 ਮਈ 1948 ਨੂੰ ਆਪਣੇ ਰਾਜਸੀ ਰਾਜ ਨੂੰ ਆਜ਼ਾਦ ਭਾਰਤ ਵਿੱਚ ਸ਼ਾਮਿਲ ਕਰਨ ਲਈ ਰਾਜ਼ੀ ਹੋ ਗਏ। ਉਦੋਂ ਤੱਕ ਉਹ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਦੇ ਰਾਜ ਪ੍ਰਮੁੱਖ ਰਹੇ, ਜਦੋਂ ਤੱਕ ਕਿ ਸੰਨ 1956 ਦੇ ਸਟੇਟਸ ਰੀਔਰਗਨਾਈਜੇਸ਼ਨ ਐਕਟ ਦੇ ਤਹਿਤ ਪਟਿਆਲਾ ਪੰਜਾਬ ਦਾ ਹਿੱਸਾ ਨਹੀਂ ਬਣ ਗਿਆ। ਉਹਨਾਂ ਨੂੰ ਖੇਡਾਂ ਵਿੱਚ ਬਹੁਤ ਰੁਚੀ ਸੀ। ਸੰਨ 1934 ਵਿੱਚ ਉਹਨਾਂ ਨੇ ਇੱਕ ਟੈਸਟ ਮੈਚ ਵੀ ਖੇਡਿਆ। ਉਹ ਆਪਣੇ ਜੀਵਨ ਕਾਲ ਵਿੱਚ BCCI ਅਤੇ ਇੰਡੀਅਨ ਓਲੰਪਿਕਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ। ਉਹਨਾਂ ਨੇ ਲਾਲ ਬਾਗ ਪੈਲਸ ਵਿੱਚ ਯਾਦਵਿੰਦਰ ਪਬਲਿਕ ਸਕੂਲ ਬਣਵਾਇਆ। ਵਿਸ਼ਵ ਯੁੱਧ 2 ਦੇ ਦੌਰਾਨ ਉਹਨਾਂ ਨੇ ਮਲਾਇਆ, ਇਟਲੀ ਅਤੇ ਬਰਮਾ ਨੂੰ ਆਪਣਾ ਯੋਗਦਾਨ ਦਿੱਤਾ। ਉਹਨਾਂ ਨੇ ਸੰਨ 1956 ਅਤੇ 57 ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਵਿੱਚ ਭਾਰਤੀ ਡੈਲੀਗੇਟ ਦੇ ਤੌਰ 'ਤੇ ਅਤੇ 1958 ਵਿੱਚ ਯੂਨੈਸਕੋ ਨੂੰ ਆਪਣੀ ਸੇਵਾਵਾਂ ਦਿੱਤੀਆਂ। 1965 ਤੋਂ 66 ਤੱਕ ਉਹ ਇਟਲੀ ਦੇ ਅਤੇ 1971 ਤੋਂ 74 ਤੱਕ ਨੀਦਰਲੈਂਡਸ ਦੇ ਉਹ ਭਾਰਤੀ ਰਾਜਦੂਤ ਰਹੇ। 60 ਸਾਲ ਦੀ ਉਮਰ ਵਿੱਚ ਉਹ ਦਿਲ ਦੇ ਦੌਰੇ ਕਰਕੇ ਹੌਗ ਨੀਦਰਲੈਂਡਸ ਵਿੱਚ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਪੁੱਤਰ ਅਮਰਿੰਦਰ ਸਿੰਘ ਅੱਜ ਪੰਜਾਬ ਦੇ ਮੁੱਖ ਮੰਤਰੀ ਹਨ। ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਰਾਜਮਾਤਾ ਮੋਹਿੰਦਰ ਕੌਰ ਦੀ ਕੁੱਖੋਂ ਹੋਇਆ, ਜਿਨ੍ਹਾਂ ਨੂੰ ਮਹਿਤਾਬ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਮਰਿੰਦਰ ਸਿੰਘ ਨੇ ਆਪਣੀ ਪੜ੍ਹਾਈ ਵੈਲਹਿਮ ਬੋਏ ਸਕੂਲ, ਲਾਰੈਂਸ ਸਕੂਲ ਅਤੇ ਦੂਨ ਸਕੂਲ ਵਿੱਚੋਂ ਕੀਤੀ। ਉਹ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੰਨ 1963 ਵਿੱਚ ਉਹ ਇੰਡੀਅਨ ਆਰਮੀ ਵਿੱਚ ਭਰਤੀ ਹੋ ਗਏ, ਜਿੱਥੋਂ ਦੀ ਸੰਨ 1965 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਉਹਨਾਂ ਨੇ ਅਸਤੀਫਾ ਦੇ ਦਿੱਤਾ। ਸੰਨ 1965 ਵਿੱਚ ਜਦ ਪਾਕਿਸਤਾਨ ਨਾਲ ਯੁੱਧ ਲੜਨ ਦੀ ਨੌਬਤ ਆਈ ਤਾਂ ਉਹ ਇੰਡੀਅਨ ਆਰਮੀ ਦੇ ਸਿੱਖ ਰੈਜੀਮੈਂਟ ਵਿੱਚ ਕੈਪਟਨ ਦੇ ਰੂਪ ਵਿੱਚ ਦੁਬਾਰਾ ਉੱਭਰੇ ਅਤੇ ਯੁੱਧ ਖਤਮ ਹੁੰਦਿਆਂ ਹੀ ਉਹਨਾਂ ਨੇ ਇੱਕ ਵਾਰ ਫਿਰ ਇੰਡੀਅਨ ਆਰਮੀ ਤੋਂ ਅਸਤੀਫਾ ਦੇ ਦਿੱਤਾ। ਪਰ ਉਸ ਤੋਂ ਬਾਅਦ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਕਿਹਾ ਜਾਣ ਲੱਗ ਪਿਆ। ਸੈਨਾ ਦਾ ਸਫ਼ਰ ਭਲੇ ਹੀ ਛੋਟਾ ਰਿਹਾ, ਪਰ ਸਿਆਸਤ ਵਿੱਚ ਉਹਨਾਂ ਨੇ ਲੰਬੀ ਪਾਰੀ ਖੇਡਣੀ ਸੀ। ਕਿਹਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਜੀਵ ਗਾਂਧੀ ਦੇ ਸਕੂਲ ਦੇ ਸਮੇਂ ਤੋਂ ਹੀ ਦੋਸਤ ਸਨ ਅਤੇ ਰਾਜੀਵ ਗਾਂਧੀ ਨੇ ਹੀ ਉਹਨਾਂ ਨੂੰ ਪੋਲੀਟਿਕਸ ਵਿੱਚ ਆਉਣ ਅਤੇ ਕਾਂਗਰਸ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਸੰਨ 1980 ਵਿੱਚ ਹੋਈ, ਪਰ 1984 ਦੇ ਓਪਰੇਸ਼ਨ ਬਲੂ ਸਟਾਰ ਦੇ ਕਾਰਨ ਇਹਨਾਂ ਨੇ ਕਾਂਗਰਸ ਅਤੇ ਲੋਕ ਸਭਾ ਦੋਨਾਂ ਤੋਂ ਹੀ ਅਸਤੀਫਾ ਦੇ ਦਿੱਤਾ। ਸੰਨ 1985 ਵਿੱਚ ਇਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਅਤੇ ਵਿਧਾਇਕ ਬਣ ਕੇ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿੱਚ ਸਫਲ ਵੀ ਰਹੇ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਇਹ ਖੇਤੀਬਾੜੀ ਮੰਤਰੀ ਰਹੇ। ਫਿਰ ਇਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਸੰਨ 1992 ਵਿੱਚ ਅਕਾਲੀ ਦਲ ਪੰਥਕ ਬਣਾਈ, ਪਰ ਫਿਰ ਵੀ 3 ਇਲੈਕਸ਼ਨਾਂ ਤੱਕ ਕੁਝ ਖਾਸ ਸਫਲਤਾ ਹੱਥ ਨਾ ਲੱਗੀ। ਸੰਨ 1998 ਵਿੱਚ ਜਦ ਅਕਾਲੀ ਦਲ ਪੰਥਕ ਕਾਂਗਰਸ ਵਿੱਚ ਰਲੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵੱਲੋਂ ਪਟਿਆਲਾ ਤੋਂ ਚੋਣਾਂ ਲੜੀਆਂ, ਪਰ ਫਿਰ ਵੀ ਉਹਨਾਂ ਦੀ ਕਰਾਰੀ ਹਾਰ ਹੋਈ। 1999 ਤੋਂ 2002 ਤੱਕ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਰਹੇ ਅਤੇ 2002 ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਏ। 2008 ਵਿੱਚ ਅੰਮ੍ਰਿਤਸਰ ਦੀ ਕਿਸੇ ਜ਼ਮੀਨ ਦੇ ਝਗੜੇ ਦੇ ਕਾਰਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਪਰ 2010 ਵਿੱਚ ਸੁਪਰੀਮ ਕੋਰਟ ਨੇ ਉਹਨਾਂ ਦੀ ਸਸਪੈਂਸ਼ਨ ਨੂੰ ਗੈਰ ਸੰਵਿਧਾਨਿਕ ਦੱਸਿਆ, ਜਿਸ ਤੋਂ ਬਾਅਦ ਉਹ ਦੁਬਾਰਾ PPCC ਦੇ ਪ੍ਰੈਜ਼ੀਡੈਂਟ ਬਣੇ। 2014 ਵਿੱਚ ਜਦ ਸਾਰੇ ਦੇਸ਼ ਵਿੱਚ ਮੋਦੀ ਦੀ ਲਹਿਰ ਗੂੰਜ ਰਹੀ ਸੀ ਤਾਂ ਅਰੁਣ ਜੇਟਲੀ ਦੇ ਖਿਲਾਫ਼ ਖੜ੍ਹੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਹੋਈ ਅਤੇ 2017 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ। ਪਟਿਆਲੇ ਦੇ ਮਹਾਰਾਜਿਆਂ ਦੇ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਲਈ ਤੁਸੀਂ ਬਣੇ ਰਹੋ ਨਿਊਜ਼ ਨੰਬਰ ਦੇ ਨਾਲ ਅਤੇ ਮੈਨੂੰ ਅੰਕੁਰਦੀਪ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।